ਹੋਰ ਤੈਨੂੰ ਸਿਰ ਤੇ ਪਾਉਣਾ ਮੈਂ। ਸੁਣਾ ਹੈ ਇਮਰਾਨ ਖਾਨ ਆਪਕੋ ਬਹੁਤ ਅੱਛੇ ਲਗਤੇ ਹੈ। ਬੇਟਾ ਤੇਰੀ ਗਲਤ ਫਹਿਮੀ ਹੈ, ਇਮਰਾਨ ਖਾਨ ਨਾਲੋਂ ਤਾਂ ਚੰਗੇ ਉਹ ਰੇਹੜੀ ਵਾਲੇ ਲੱਗਦੇ ਜਿਹੜੇ ਸਵੇਰੇ ਸਵੇਰੇ ਘਰਾਂ ਦੇ ਵਿੱਚੋਂ ਦਰਵਾਜ਼ੇ ਖੜਕਾ ਕੇ ਕੂੜਾ ਇਕੱਠਾ ਕਰਦੇ। ਮੈਂ ਤਾਂ ਜਿਸ ਦਿਨ ਉਹਦੀ ਸ਼ਕਲ ਵੇਖ ਲਾਂ ਸਾਰਾ ਦਿਨ ਘਰ ਦੀਆਂ ਕੰਧਾਂ ਦੇ ਵਿੱਚ ਟੱਕਰਾਂ ਮਾਰਦਾ ਰਹਿੰਦਾ। ਚਲਾ ਬਾਹਰ ਗਰਮੀ ਬਹੁਤ ਆ। ਮੁਝੇ ਵੀ ਲੱਗ ਰਹੀ ਥੀ। ਅੱਛਾ ਆਪਨੇ ਸੁਣਾ ਹੋਗਾ ਇਸ ਸੂਬੇ ਮੇਂ ਇਮਰਾਨ ਨੇ ਬਹੁਤ ਤਰੱਕੀ ਕੀ ਹੈ, ਆਪਕੋ ਕੀ ਲੱਗਤਾ ਹੈ? ਕਾਦੀ ਤਰੱਕੀ, ਉਹਨੇ ਕਿਹੜਾ ਚੰਦ ਤੇ ਜਾਣ ਵਾਸਤੇ ਰੋਡ ਬਣਾ ਦਿੱਤਾ ਜਾਂ ਇੱਥੇ ਦੀਆਂ ਮੱਝਾਂ ਦੁੱਧ ਦੀ ਜਗ੍ਹਾ ਸ਼ਹਿਦ ਦੇਣ ਲੱਗ ਪਈਆਂ? ਇੱਥੇ ਤੇ ਤਰੱਕੀ ਸਿਰਫ ਪੋਲੀਓ ਨੇ ਕੀਤੀ ਹੈ, ਹੁਣ ਇਮਰਾਨ ਦਾ ਨਾਮ ਨਾ ਲਈ। ਇਹ ਬਤਾਏ, ਹਾਂਜੀ, ਕਭੀ ਮੁਲਾਕਾਤ ਹੋਈ ਇਮਰਾਨ ਖਾਨ ਸੇ? ਬਹੁਤ ਅੱਛੇ, ਤੂੰ ਵੀ ਨਹੀਂ ਮੁੜੇਗਾ। ਉਹ ਇਮਰਾਨ ਤੇਰੀ ਫੁੱਫੀ ਦਾ ਮੁੰਡਾ, ਹਟਦਾ ਹੀ ਨਹੀਂ। ਤੇਰਾ ਇਲਾਜ ਮੇਰੇ ਜ਼ਿਹਨ 'ਚ ਆ ਗਿਆ, ਤੈਨੂੰ ਲੱਗੀ ਹੈ ਭੁੱਖ। ਉਹਨੇ ਮੁਰਗੇ ਸੇ ਮੇਰਾ ਬੜਾ ਅੱਛਾ ਇਲਾਜ ਕੀਆ, ਮੇਰੇ ਜ਼ਿਹਨ ਸੇ ਇਮਰਾਨ ਖਾਨ ਕਾ